हेलो एवरीवन वेलकम टू श्री शॉर्टकट्स हियर स्टडी बिकम्स इजीयर तपलेके हैं जी रिक्रूटमेंट दे रिगार्डिंग एक नई इंफॉर्मेशन जेमे दसे देख सकते हो दफ्तर डायरेक्टरेट जनरल स्कूल शिक्षा कम स्टेट प्रोजेक्ट डायरेक्टर समग्र शिक्षा अभियान अथॉरिटी पंजाब दे अंडर ये पोस्टा निकलीया ने केडी पोस्टा निकलीया ने जी दसे देख सकते हो वी 4 2021 आज दी ही ये लेटर हैगी है, है। वॉक इन इंटरव्यू संबंधी इश्तिहार जारी करने संबंधी त केडी पोस्टा दे रिगार्डिंग वॉक इन इंटरव्यू जेड़ा हो रखा गया है ਹਾਂਜੀ ਉਪਰੋਕਤ ਵਿਸ਼ੇ ਸਬੰਧੀ ਦਫ਼ਤਰ ਡਾਇਰੈਕਟਰੇਟ ਜਰਨਲ ਸਕੂਲ ਸਿੱਖਿਆ ਪੰਜਾਬ ਅਧੀਨ ਆਉਂਦੀਆਂ ਸੁਸਾਇਟੀ ਸਮਗ੍ਰ ਸਿੱਖਿਆ ਅਭਿਆਨ ਅਤੇ ਪੰਜਾਬ ਆਈਸੀਟੀ এডਿਕੇਸ਼ਨ ਸੁਸਾਇਟੀ ਵੱਲੋਂ ਠੇਕੇ ਦੇ ਆਧਾਰਿਤ ਅਸਾਮੀਆਂ ਭਰਨ ਸਬੰਧੀ 23 ਅਪ੍ਰੈਲ ਨੂੰ ਵਾਕਨ ਇੰਟਰਵਿਊ ਰੱਖੀ ਗਈ ਹੈ ਇਸ ਸਬੰਧੀ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ਼ਤਿਹਾਰ ਦੀ ਕਾਪੀ ਇਨ੍ਹਾਂ ਅਸਾਮੀਆਂ ਲਈ ਯੋਗਤਾ ਤੇ ਤਜਰਬੇ ਦੀ ਕਾਪੀ ਪੱਤਰ ਨਾਲ ਨੱਥੀ ਹੈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵਾਕਨ ਇੰਟਰਵਿਊਸ ਬੰਦੀ ਇਸ਼ਤਿਹਾਰ ਦੀ ਕਾਪੀ ਅਤੇ ਇਹਨਾਂ ਅਸਾਮੀਆਂ ਲਈ ਨਿਰਧਾਰਿਤ ਯੋਗਤਾ ਅਤੇ ਤਜਰਬਾ ਵਿਭਾਗ ਦੀ ਵੈੱਬਸਾਈਟ ਤੇ ਅਪਲੋਡ ਕਰਨ ਦੀ ਖੇਚਲ ਕੀਤੀ ਜਾਵੇ ਹੈਗਾ ਜੀ ਡਿਟੇਲ ਨੋਟੀਫਿਕੇਸ਼ਨ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹ ਜੜੀਆਂ ਨੇ ਸਾਮੀਆਂ ਠੇਕੇ ਦੇ ਆਧਾਰ ਤੇ ਨੇ 23 ਅਪ੍ਰੈਲ ਨੂੰ ਜਿਹੜਾ ਇਹਨਾਂ ਦਾ ਵੋਕੇਲ ਇੰਟਰਵਿਊ ਰੱਖਿਆ ਗਿਆ ਜੇ ਤੁਸੀਂ ਵੋਕੇਲ ਇੰਟਰਵਿਊ ਜੜੀਆਂ ਹੋਏਗੀ ਉੱਥੇ ਜੇ ਤੁਸੀਂ ਪਹੁੰਚੋਗੇ ਤਾਂ ਤੁਸੀਂ ਦਸਤਾਵੇਜ਼ ਦੀ ਅਸਲ ਅਤੇ ਤਸਦੀਕ ਸ਼ੁੱਧਾ ਕਾਪੀਆਂ ਯਾਨੀ ਕਿ 셀ਫ ਅਟੈਸਟਡ ਕਾਪੀਜ਼ ਵੀ ਹੋਣੀਆਂ ਚਾਹੀਦੀਆਂ ਨੇ ਤੇ ਇੱਕ ਪਾਸਪੋਰਟ ਸਾਈਜ਼ ਜਿਹੜੀ ਆ ਉਹ ਫੋਟੋ ਹੋਣੀ ਚਾਹੀਦੀ ਆ ਬਿਨੇ ਪੱਤਰ ਲੈ ਕੇ ਇੰਟਰਵਿਊ ਲਈ ਹਾਜ਼ਰ ਹੋਣਗੇ ਬਾਕੀ ਅਸਾਮੀਆਂ ਕਿਹੜੀਆਂ ਨੇ ਜੀ ਜਨਰਲ ਮੈਨੇਜਰ ਦੀ ਅਸਾਮੀ ਹੈਗੀ ਇੱਕ ਅਨਰਿਜ਼ਰਵਡ ਹੈ ਤੇ ਉਸ ਤੋਂ ਬਾਅਦ ਦੋ ਹੈਗੀਆਂ ਨੇ ਜੀ ਪ੍ਰੋਗਰਾਮਰ ਦੀਆਂ ਇੱਕ ਪੋਸਟ ਹੈਗੀ ਅੰਡਰ ਸਮਗਰਤ ਤੇ ਇੱਕ ਪੋਸਟ ਹੈਗੀ ਅੰਡਰ ਪੀਆਈਸੀਟੀਸੀ ਦੇ ਅੰਦਰ ਤੇ ਉਹਦੇ ਵਿੱਚੋਂ ਇੱਕ ਪੋਸਟ ਐਸਸੀ ਦੀ ਹੈ ਤੇ ਦੂਜੀ ਪੋਸਟ ਅਨ ਰਿਜ਼ਰਵਡ ਕੈਟਾਗਰੀ ਦੀ ਹੈ ਚੈਨਲ ਮੈਨੇਜਰ ਦੀ ਤਨਖਾਹ ਜਿਹੜੀ 60000 ਰੁਪਏ ਪਰ ਮਹੀਨਾ ਰਹੇਗੀ ਤੇ ਪ੍ਰੋਗਰਾਮਰ ਦੀ ਜਿਹੜੀ ਤਨਖਾਹ ਹੈ 40000 ਰੁਪਏ ਪਰ ਮਹੀਨਾ ਰਹੇਗੀ ਬਾਕੀ ਕੁਝ ਆਮ ਸ਼ਰਤਾਂ ਦਿੱਤੀਆਂ ਹੋਈਆਂ ਨੇ ਜੀ ਉਹੀ ਜਿਵੇਂ ਦਸਵੀਂ ਪੱਧਰ ਤੇ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਉਮਰ ਸੀਮਾ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਹੋਵੇਗੀ ਤੇ ਇਸ ਕਵਾਲੀਫਿਕੇਸ਼ਨ ਹੈਗੀ ਜੀ ਬੀਈ ਬੀਟੈਕ ਐਮਈ ਐਮਟੈਕ ਐਮਐਸਸੀ ਐਮਸੀਏ ਡਿਗਰੀ ਇਨ ਕੰਪਿਊਟਰ ਸਾਇੰਸ ਆਈਟੀ ਇਲੈਕਟ੍ਰੋਨਿਕਸ ਔਰ ਰਿਲੇਟਡ ਸਬਜੈਕਟ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ ਵਿਦ ਅ ਮਿਨਿਮਮ 60% ਐਗਰੀਗੇਟ ਤੇ ਇਹਨਾਂ ਵਿੱਚੋਂ ਕੋਈ ਵੀ ਡਿਗਰੀ ਤੁਹਾਡੇ ਕੋਲ ਅਗਰ ਹੈਗੀ ਹੈ ਤੇ ਉਹਦੇ ਵਿੱਚ ਤੁਹਾਡਾ ਜੋ ਪਾਸਿੰਗ ਮਾਰਕਸ ਐਗਰੀਗੇਟ ਬਣਿਆ ਹੈ ਸਾਰੇ ਸੈਮੈਸਟਰ ਦਾ ਉਹ 60% ਹੋਣਾ ਚਾਹੀਦਾ ਨਾਲ ਹੀ ਨਾ ਨੇ ਕੁਝ ਐਕਸਪੀਰੀਅੰਸ ਕੀ ਹੈ ਕੰਪਿਊਟਰ ਦੇ ਵਿੱਚ ਤੁਹਾਡੇ ਕੋਲ ਆਸਾਰ ਐਕਸਪੀਰੀਅੰਸ ਜਿਹੜਾ ਹੋਣਾ ਚਾਹੀਦਾ ਕੰਪਿਊਟਰ ਫੀਲਡ ਦੇ ਵਿੱਚ ਇਸੇ ਤਰ੍ਹਾਂ ਪ੍ਰੋਗਰਾਮਰ ਦੀ ਜਿਹੜੀ ਪੋਸਟ ਹੈਗੀ ਉਹਦੇ ਲਈ ਵੀ ਕੁਆਲਿਫਿਕੇਸ਼ਨ ਜਿਹੜੀ ਸੇਮ ਹੀ ਰਹੇਗੀ ਨਾਲ ਹੀ ਐਕਸਪੀਰੀਅੰਸ ਵੀ ਜਿਹੜਾ ਤੁਹਾਡਾ ਸੇਮ ਹੀ ਮੰਗਿਆ ਗਿਆ ਇੱਥੇ ਤੁਹਾਡੀਆਂ ਰਿਸਪੌਂਸਿਬਿਲਟੀਜ਼ ਦਿੱਤੀਆਂ ਗਈਆਂ ਨੇ ਕਿ ਜਦ ਤੁਸੀਂ ਜਨਰਲ ਮੈਨੇਜਰ ਬਣੋਗੇ ਤਾਂ ਤੁਹਾਡੀ ਕੀ ਰਿਸਪੌਂਸਿਬਿਲਟੀਜ਼ ਰਹਿਣਗੀਆਂ ਕੀ ਤੁਹਾਨੂੰ ਉੱਥੇ ਕੰਮ ਕਰਨਾ ਹੋਏਗਾ ਤੇ ਇਸ ਤਰ੍ਹਾਂ ਆ ਜਿਹੜੇ ਹੈਗੇ ਜੀ ਇਹ ਸਾਰੀ ਡਿਟੇਲ ਨੋਟੀਫਿਕੇਸ਼ਨ ਸੀਗਾ ਜਨਰਲ ਮੈਨੇਜਰ ਤੇ ਪ੍ਰੋਗਰਾਮਰ ਦੀਆਂ ਪੋਸਟਾਂ ਜਿਹੜੀਆਂ ਆਊਟ ਹੋਈਆਂ ਨੇ ਕੁਆਲਿਫੀਕੇਸ਼ਨ ਆਪਾਂ ਤੁਹਾਨੂੰ ਦੱਸ ਦਿੱਤੀ ਹੈ ਤੁਹਾਡੀ ਰਿਸਪੌਂਸਿਬਿਲਟੀਜ਼ ਕੀ ਰਹਿਣਗੀਆਂ ਉਹ ਆਪਾਂ ਤੁਹਾਨੂੰ ਦੱਸ ਦਿੱਤੀਆਂ ਨੇ ਤੇ 23 ਅਪ੍ਰੈਲ ਨੂੰ ਜਿਹੜਾ ਇਹਦਾ ਇੰਟਰਵਿਊ ਰੱਖਿਆ ਗਿਆ ਤੇ نیچے ਆ ਰਿਹਾ ਜੀ ਪਰਫਾਰਮਾ ਜਿਹੜਾ ਤੁਸੀਂ ਭਰ ਕੇ ਲੈ ਕੇ ਜਾਣਾ ਹਾਂਜੀ ਇੱਥੇ ਤੁਸੀਂ ਦੇਖ ਸਕਦੇ ਹੋ ਆਪਣਾ ਨਾਮ ਤੁਸੀਂ ਇੱਥੇ ਲਿਖਣਾ ਪਿਤਾ ਦਾ ਨਾਮ ਜਨਮ ਮਿਤੀ ਕੈਟਾਗਰੀ ਸਥਾਈ ਪਤਾ ਯੋਗਤਾ ਇੱਥੇ ਪਾਸਪੋਰਟ ਸਾਈਜ਼ ਫੋਟੋ ਲਗਾਉਗੇ ਤੁਸੀਂ ਨਾਲੇ ਤੁਸੀਂ ਇੱਥੇ ਆਪਣੀ ਐਜੂਕੇਸ਼ਨ ਕੁਆਲਿਫਿਕੇਸ਼ਨ ਜਿਹੜੀ ਸਾਰੀ ਇੱਥੇ ਫਿਲ ਕਰਨੀ ਹੈ 10ਵੀਂ ਪੱਧਰ ਤੇ ਪੰਜਾਬੀ ਪਾਸ ਹੈ ਜਾਂ ਨਹੀਂ ਤਾਂ ਜੇ ਤੁਹਾਡੀ ਹੈ ਤਾਂ ਹਾਂ ਤੇ ਟਿੱਕ ਕਰ ਦਿਓ ਕਿ ਨਹੀਂ ਹੈ ਤਾਂ ਨਹੀਂ ਤੇ ਟਿੱਕ ਕਰੋਗੇ ਜੇਕਰ ਹਾਂ ਤਾਂ ਸਬੂਤ ਨਾਲ ਨੱਥੀ ਕੀਤਾ ਜਾਵੇ ਤਾਂ 10th ਦਾ ਸਰਟੀਫਿਕੇਟ ਜਿਹੜਾ ਤੁਹਾਡੇ ਨਾਲ ਲੱਗ ਜਾਵੇ ਸਬੰਧਤ ਕੰਮ ਦਾ ਤੇਰਬਾ ਤੁਹਾਡੇ ਕੋਲ ਕਿੰਨਾ ਜਿਹੜਾ ਐਕਸਪੀਰੀਅੰਸ ਹੈਗਾ ਇਸ ਕੰਮ ਦੇ ਵਿੱਚ ਕੰਪਿਊਟਰ ਦੇ ਵਿੱਚ ਜਾਂ ਜੋ ਵੀ ਉਹਨਾਂ ਨੇ ਐਕਸਪੀਰੀਅੰਸ ਮੰਗਿਆ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਪੱਤਰ ਵਿਹਾਰ ਲਈ ਪੂਰਾ ਤੁਸੀਂ ਆਪਣਾ ਐਡਰੈਸ ਜਿਹੜਾ ਉਰੇ ਲਿਖਣਾ ਹੈਗਾ ਤਾਂ ਕਿ ਤੁਹਾਨੂੰ ਜੋ ਵੀ ਅੱਗੇ ਲੈਟਰ ਵਗੈਰਾ ਆਉਂਦੀ ਹੈ ਤੁਹਾਨੂੰ ਤੁਹਾਡੇ ਐਡਰੈਸ ਤੇ ਪਹੁੰਚ ਸਕੇ ਨਾਲ ਹੀ ਤੁਹਾਨੂੰ ਆਪਣਾ ਉਰੇ ਮੋਬਾਈਲ ਨੰਬਰ ਲਿਖਣਾ ਹੈ ਇੱਥੇ ਜਿਹੜਾ ਤੁਸੀਂ ਇਹ ਕੋਸ਼ਨਾ ਕਰਦੇ ਹੋ ਜਾਨੀ ਕਿ ਤੁਹਾਡੀ ਜਿਹੜੀ ਇਹ ਡੈਕਲੇਮੇਸ਼ਨ ਹੋ ਜੇਗੀ ਉਸ ਤੋਂ ਬਾਅਦ ਤੁਹਾਡੇ ਇੱਥੇ ਸਿਗਨੇਚਰ ਹੋ ਜਾਣਗੇ ਮਿਤੀ ਤੇ ਫਿਰ ਇੱਥੇ ਸਥਾਨ ਤੇ ਇਹ ਪੂਰਾ ਪਰਫਾਰਮਾ ਜਿਹੜਾ ਤੁਸੀਂ ਭਰ ਕੇ ਲੈ ਕੇ ਜਾਣਾ ਤੇ ਇਸੇ ਕੀ ਇਨਫੋਰਮੇਸ਼ਨ ਜਨਰਲ ਮੈਨੇਜਰ ਤੇ ਪ੍ਰੋਗਰਾਮਰ ਦੀ ਪੋਸਟਾਂ ਦੇ ਰਿਕਾਰਡਿੰਗ ਰਿਕਰੂਟਮੈਂਟ ਆਊਟ ਹੋਈ ਹੈ ਇਹਨਾਂ ਦੀ ਜੋ ਪੇ ਸਕੇਲ ਹੈ ਉਹ ਵੀ ਕਾਫੀ ਅੱ ਤੇ ਇਸੇ ਕੀ ਜੀ ਇਨਫੋਰਮੇਸ਼ਨ ਆਈ ਹੋਪ ਪ੍ਰੋਬਲੀ ਯੂਸਫੁਲ ਰਹੀ ਹੋਏਗੀ ਵੀਡੀਓ ਨੂੰ ਪਲੀਜ਼ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ